ਲੰਬੇ ਅੰਤ ਬਾਅਦ ਸਿੰਗਲ ਟਰੈਕ ਲੈ ਕੇ ਆ ਰਹੇ ਨੇ ਆਰਨਿਤ ਪੰਜਾਬੀ ਸਿੰਗਰ ਆਰਨਿਤ ਨੇ ਆਪਣੇ ਅਪਕਮਿੰਗ Song ਦਾ ਐਲਾਨ ਕਰ ਦਿੱਤਾ ਹੈ ਗਾਣੇ ਦਾ ਟੀਜ਼ਰ ਵੀ ਰਿਲੀਜ਼ ਕੀਤਾ ਗਿਆ ਹੈ ਤੇ ਇਸ ਦਾ ਟਾਈਟਲ ਹੈ ਤੇਰੇ ਬਿਨ ਟੀਜ਼ਰ ਵਿੱਚ ਦਿਖਾਇਆ ਗਿਆ ਹੈ ਕਿ ਆਰਨਿਤ ਦਾ ਕਿਰਦਾਰ ਜੋ ਕਿ ਕਾਲੇ ਤੰਦੇ ਕਰਦਾ ਪਰ ਕੁੜੀ ਦੇ ਕਹਿਣ ਉੱਤੇ ਤੇ ਉਸਦੇ ਪਿਆਰ ਉੱਤੇ ਆਰਨਿਤ ਸਭ ਕੁਝ ਛੱਡਣ ਨੂੰ ਤਿਆਰ ਹੋ ਜਾਂਦਾ ਹੈ ਤੇ ਉਸਦੇ ਨਾਲ ਵਿਆਹ ਕਰਾਉਣ ਜਾ ਰਿਹਾ ਹੁੰਦਾ ਹੈ ਟੀਜ਼ਰ ਦੇ ਵਿੱਚ ਇੰਨੀ ਕੀ ਕਹਾਣੀ ਅਜੇ ਸਾਹਮਣੇ ਆਈ ਹੈ ਪਰ ਬਾਕੀ ਦੀ ਕਹਾਣੀ ਕੈਸੀ ਹੋਏਗੀ ਤੇ ਗਾਣਾ ਕੈਸਾ ਹੋਏਗਾ ਇਹ ਤਾਂ ਤਦ ਪਤਾ ਚੱਲੇਗਾ ਜਦ ਗਾਣਾ ਰਿਲੀਜ਼ ਕੀਤਾ ਜਾਏਗਾ ਗਾਣਾ ਜਲਦੀ ਆਨੇ ਦੇ YouTube ਚੈਨਲ ਉੱਤੇ ਰਿਲੀਜ਼ ਹੋਵੇਗਾ ਇਸ ਗਾਣੇ ਨੂੰ ਆਨੇ ਦੇ ਨਾਲ ਨਾਲ ਪੰਜਾਬੀ ਗਾਇਕਾ ਸ਼ਿਪਰਾ ਗੋਇਲ ਨੇ ਵੀ ਗਾਇਆ ਤੇ ਈਸ਼ਾ ਸ਼ਰਮਾ ਨੇ ਇਸ ਗਾਣੇ ਦੇ ਵਿੱਚ ਫੀਚਰਿੰਗ ਕੀਤੀ ਹੈ ਲੰਬੇ ਅਰਸੇ ਬਾਅਦ ਆਨੇ ਤਾਂ ਆਪਣਾ ਕੋਈ ਗਾਣਾ ਲੈ ਕੇ ਆ ਰਹੇ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਉਹਨਾਂ ਨੇ ਬੇਹਦੀ ਸ਼ਾਨਦਾਰ ਕੀਤੀ ਸੀ ਜਿੱਥੇ ਕਿ ਵੱਡੇ ਵੱਡੇ ਸਿੰਗਰਜ਼ ਨੂੰ ਆਰਨੇਤ ਨੇ ਪਿੱਛੇ ਛੱਡਤਾ ਸੀ ਦਬਦਾ ਕਿੱਥੇ ਆ ਤੇ ਡਿਫਾਲਟਰ ਵਰਗੇ ਕੀਤਾ ਨੇ ਹਰ ਪਾਸੇ ਕਮਾਲ ਕਰਤਾ ਸੀ ਉਸ ਤੋਂ ਬਾਅਦ ਸਟ੍ਰਗਲਰ ਤੇ ਡਿਸਟੈਂਸ ਏਜ ਵਰਗੇ ਗੀਤ ਵੀ ਆਰਨੇਤ ਨੇ ਰਿਲੀਜ਼ ਕਰ ਦਿੱਤੇ ਪਰ ਕੁਝ ਕੌਂਟਰੋਵਰਸੀ ਹੋਣ ਕਰਕੇ ਆਨੇ ਦੇ ਕੈਰੀਅਰ ਦੇ ਵਿੱਚ ਥੋੜੀ ਬਹੁਤ ਬ੍ਰੇਕ ਲੱਗੀ ਸੀ ਤੇ ਆਨੇ ਦੇ ਗਾਣਿਆਂ ਦੀ ਕੰਟੀਨਿਊਟੀ ਕਾਫੀ ਜ਼ਿਆਦਾ ਘਟ ਗਈ ਸੀ ਤੇ ਹੁਣ ਆਨੇਤ ਆਪਣਾ ਅਗਲਾ ਗੀਤ ਲੈ ਕੇ ਆ ਰਹੇ ਨੇ ਜਿਸ ਦਾ ਟਾਈਟਲ ਹੈ ਤੇਰੇ ਬਿਨ ਤੇਸ ਗਾਣੇ ਨੂੰ ਜਲਦੀ ਰਿਲੀਜ਼ ਕੀਤਾ ਜਾਏਗਾ ਤੇ ਫੈਨਸ ਵੱਲੋਂ ਆਉਣ ਦੇ ਇਸ ਗਾਣੇ ਦੀ ਉਡੀਕ ਰਹੇਗੀ ਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ ਟਰਬ ਰੱਖਾ